ਸਤਿ ਸ਼੍ਰੀ ਅਕਾਲ ਵਰਲਡ ਪੰਜਾਬੀ ਟੀਵੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੀ ਬੜੀ ਅਹਿਮ ਤੇ ਵੱਡੀ ਖਬਰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਰਹੇ ਹਾਂ। ਖਬਰ ਇਹ ਹੈ ਕਿ 27 ਨਵੰਬਰ ਨੂੰ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਚੋਣ ਦੇ ਐਲਾਨ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿ ਅੰਤਰਿਮ ਕਮੇਟੀ ਦੀ ਜਿਹੜੀ ਚੋਣ ਹੈ ਉਹ 27 ਨਵੰਬਰ ਨੂੰ ਹੋਵੇਗੀ। ਇਸ ਦੇ ਅੰਦਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ। ਇਸ ਅੰਦਰ ਜਿਹੜੇ ਲੋਕਾਂ ਦੇ ਵੱਲੋਂ ਚੁਣੇ ਹੋਏ ਐਸਜੀਪੀਸੀ ਦੇ ਮੈਂਬਰ ਨੇ ਉਹ ਮੈਂਬਰ ਜਿਹੜਾ ਹੈ ਉਹ ਇਸ ਜਿਹੜੀ ਬਾਡੀ ਦੀ ਹੈ ਉਹ ਸਿਲੈਕਸ਼ਨ ਕਰਦੇ ਹੈ। ਇਸ ਦੇ ਅੰਦਰ ਜਿਹੜੀ ਹੈ ਉਹ ਤਮਾਮ ਜਿਹੜੇ ਅਹੁਦੇ ਹੈ ਉਹਨਾਂ ਅਹੁਦਿਆਂ ਦੀ ਚੋਣ ਹੁੰਦੀ ਹੈ ਔਰ ਇਸ ਦੇ ਉੱਤੇ ਹੁਣ ਇਹ ਦੇਖਣਾ ਬੜਾ ਖਾਸ ਹੋ ਜਾਂਦਾ ਹੈ ਕਿ ਪ੍ਰਧਾਨਗੀ ਦਾ ਅਹੁਦਾ ਜਿਹੜਾ ਵੀਤ ਪ੍ਰਧਾਨ ਤੇ ਹੋਰ ਤਮਾਮ ਅਹੁਦੇ ਕਿਸ ਕਿਸ ਕੋਲੇ ਜਾਣਗੇ ਔਰ ਹਰ ਵਾਰ ਦੀ ਤਰ੍ਹਾਂ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਸ ਚੋਣ ਪ੍ਰਕਿਰਿਆ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ। ਔਰ ਇਸ ਵੇਲੇ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਪ੍ਰੀਤ ਝੱਬਰ ਹੋਰੀ ਜੁੜ ਰਹੇ। ਝੱਬਰ ਸਾਹਿਬ ਵਰਲਡ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ। ਝੱਬਰ ਸਾਹਿਬ, ਇਸ 27 ਨਵੰਬਰ ਨੂੰ ਜਿਹੜਾ ਚੋਣ ਦਾ ਐਲਾਨ ਕੀਤਾ ਗਿਆ ਕੀ ਕੁਝ ਖਾਸ ਰਹੇਗਾ? ਲੋਕਾਂ ਦੀ ਬੜੀ ਉਮੀਦ ਹੈ ਕਿ ਨਵਾਂ ਚਿਹਰਾ ਕੌਣ ਹੋ ਸਕਦਾ, ਇਸ ਬਾਬਤ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ। ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਸੈਕਟਰੀ ਮੈਂਬਰਾਂ ਦੀ ਚੋਣ ਸਮੁੱਚੇ ਮੈਂਬਰ ਸਾਹਿਬਾਨ ਨੇ ਕਰਨੀ ਹੈ ਜੋ ਇਸ ਵਾਰ 27 ਨਵੰਬਰ 2020 ਵਿੱਚ ਕੀਤੀ ਹੈ। ਉਸ ਦਿਨ ਸਾਡੇ ਮੈਂਬਰ ਸਾਹਿਬਾਨ ਇਕੱਠੇ ਹੋ ਕੇ ਮਿਲਣਗੇ ਜੋ ਆਪਣੇ ਨਵੇਂ ਪ੍ਰਧਾਨ ਦੀ ਚੋਣ। ਅੱਛਾ ਚੱਪਰ ਸਾਹਿਬ, ਦਰਸ਼ਕਾਂ ਦੀ ਜਾਣਕਾਰੀ ਦੇ ਲਈ ਇਹ ਸਵਾਲ ਜ਼ਰੂਰ ਜਾਣਨਾ ਚਾਹਾਂਗੇ, ਕੁੱਲ ਕਿੰਨੇ ਮੈਂਬਰ ਨੇ ਤੇ ਕਿਵੇਂ ਇਹ ਪ੍ਰਕਿਰਿਆ ਰਹਿੰਦੀ ਹੈ ਮੈਜੋਰਿਟੀ ਲਈ? ਇਹ ਇੱਕ ਤਾਂ ਪੰਜਾਬੀ ਮੈਂਬਰ ਵਿੱਚ ਸੁਸਾਨ ਸਾਹਿਬ ਸਾਹਿਬ ਨੇ ਜਦੇ ਸਾਹਿਬਾਨ ਵੀ ਨੇ ਜੀ ਤੇ ਬਾਕੀ ਮੈਂਬਰ ਸਾਹਿਬਾਨ ਸਾਰੇ ਹੁੰਦੇ ਹੈ। ਇਹ ਕਾਫੀ ਸਮਾਂ ਹੋ ਗਿਆ ਹੁਣ ਕਸ਼ਮੀਰ ਸਾਹਿਬਾਨ ਸਾਹਿਬ ਇਸ ਪ੍ਰਸਤਾਵ ਤੋਂ ਚਲੇ ਗਏ ਪਰ ਫਿਰ ਵੀ ਅੱਛਾ ਗੁਰਪ੍ਰੀਤ ਜੀ, ਇੱਕ ਅਕਸਰ ਹੀ ਆਮ ਹੀ ਜਿਹੜਾ ਹੈ ਇਹ ਇਲਜ਼ਾਮਾਤ ਲੱਗਦੇ ਰਹਿੰਦੇ ਆ ਕਿ ਜਿਹੜੀ ਮਰਜ਼ੀ ਚੋਣ ਪ੍ਰਕਿਰਿਆ ਹੋਵੇ ਜਿਸ ਮਰਜ਼ੀ ਤਰੀਕੇ ਨਾਲ ਹੋਵੇ ਜਿਹੜਾ ਪ੍ਰਧਾਨ ਹੈ ਉਹ ਤਾਂ ਬਾਦਲਾਂ ਦੀ ਜੇਬ ਚੋਂ ਹੀ ਨਿਕਲਣਾ ਹੁੰਦਾ, ਇਸ ਨਾਲ ਕਿੰਨਾ ਕੁ ਇਤਫਾਕ ਰੱਖਦੇ? ਚੋਣ ਹੋਵੇਗੀ ਮੁੱਖ ਪ੍ਰਧਾਨ ਜੀ। ਅੱਛਾ ਜੀ, ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਜੀ,
ਤੇ ਚਿਹਰੇ ਕਿਹੜੇ ਕਿਹੜੇ ਆ ਜਿਹੜੇ ਦੌੜ ਦੇ ਵਿੱਚ ਪ੍ਰਮੁੱਖ ਤੌਰ ਤੇ ਚੱਲ ਰਹੇ ਆ? ਦੇਖੋ ਜੀ, ਇਹ ਤਾਂ ਤੁਹਾਨੂੰ ਪਹਿਲਾਂ ਦੱਸ ਕੇ ਆ ਗਿਆ ਕਿ ਮੈਂ ਚੋਣ ਹੋਣੀ ਹੈ, ਕਿਸ ਤਰੀਕੇ ਦੀ ਪ੍ਰਕਿਰਿਆ ਹੋਣੀ। 185 ਜਿਹੜੇ ਕੁੱਲ SGPC ਦੇ ਮੈਂਬਰ ਨੇ, 27 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਬੋਡੀ, ਜਿਹੜੀ ਅੰਤਰਿਮ ਕਮੇਟੀ ਹੈ, ਉਸ ਦੀ ਜਿਹੜੀ ਸਿਲੈਕਸ਼ਨ ਹੋਣੀ ਹੈ, ਉਸਦੀ ਚੋਣ ਹੋਣੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ। ਹੋਰ ਖਬਰਾਂ ਜਾਣਨ ਦੇ ਲਈ ਸਟੀਕ ਤੇ ਸਪਸ਼ਟਤਾ ਦੇ ਨਾਲ ਤੁਸੀਂ ਜੁੜੇ ਰਹੋ ਵਰਲਡ ਪੰਜਾਬੀ TV ਤੇ।